ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਧੰਸ੍ਰੀ ਜਪਜੀ ਸਾਹਿਬ ਦੀ ਚੱਲ ਰਹੀ ਲੜੀ ਪਰ ਪ੍ਰਸੰਗ ਕਥਾ ਦੇ ਤਹਿਤ ਜੋ ਅਗਲੀ ਪੰਕਤੀ ਹੈ ਨਾਨਕ ਹੁਕਮੇ ਜੇ ਬੂਜੇ ਤਾਂ ਹੋਮੇ ਕਹਿ ਨ ਕੋਈ ਇਸ ਦੀ ਇੱਕ ਥਿਲ ਮੱਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਜਿਵੇਂ ਕਿ ਵਾਹਿਗੁਰੂ ਜੀ ਜਿਹੜੇ ਹਨ ਉਹ ਜਲ ਥਲ ਮਈਲ ਹਰੇਕ ਜਗ੍ਹਾ ਦੇ ਵਿੱਚ ਭਰਪੂਰ ਹੈ। ਸੋ ਜਦ ਵਾਹਿਗੁਰੂ ਜੀ ਹਰੇਕ ਜਗ੍ਹਾ ਭਰਪੂਰ ਹੈ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਹੈ ਹਨ ਉਹ ਕੀ ਕਰਦੇ ਆ ਉਹ ਵਾਹਿਗੁਰੂ ਦੀ ਇਹ ਜਿਹੜੀ ਭਰਪੂਰ ਹੋਣ ਦੀ ਹੋਂਦ ਆ ਉਹਨੂੰ ਆਪਣੇ ਅੰਦਰ ਹਾਜ਼ਰ ਹਜ਼ੂਰ ਸਮਝਦੇ ਆ। ਤੇ ਜਦ ਉਹ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਹਾਜ਼ਰਾ ਹਜ਼ੂਰ ਸਮਝਦੇ ਆ ਤੇ ਹਾਜ਼ਰ ਹਜ਼ੂਰ ਸਮਝਦੇ ਨਾਲ ਇਕ ਜੋ ਉਹਦਾ ਫਲ ਪ੍ਰਾਪਤ ਹੁੰਦਾ ਹੈ ਜਾਂ ਉਸ ਤੋਂ ਜੋ ਚੀਜ਼ ਨਿਕਲਦੀ ਹੈ ਉਸ ਨੂੰ ਕਹਿੰਦੇ ਅਸੀਂ ਭੈ ਕਿਉਂਕਿ ਵਾਹਿਗੁਰੂ ਦੇ ਹਾਜ਼ਰ ਹਜ਼ੂਰ ਸਮਝਣ ਨਾਲ ਵਾਹਿਗੁਰੂ ਦੀ ਫਿਰ ਕਿਰਪਾ ਹੁੰਦੀ ਹੈ ਜਦ ਕਿਰਪਾ ਹੁੰਦੀ ਆ ਫਿਰ ਇਹ ਕਿਰਪਾ ਦੇ ਸਦਕਾ ਹੀ ਫਿਰ ਪਰਮੇਸ਼ਰ ਦਾ ਜਿਹੜਾ ਹੈ ਨਾ ਭੈ ਆ ਅੰਦਰ ਬਣਦਾ ਹੈ ਜਿਵੇਂ یوں ਕਹਿ ਲਓ ਕਿ ਜਦੋਂ ਗੁਰਸਿੱਖ ਪਰਮੇਸ਼ਰ ਨੂੰ ਹਾਜ਼ਰ ਹਜ਼ੂਰ ਸਮਝਦਾ ਹਾਜੇ ਹਜੂਰ ਜਦੋਂ ਸਮਝਦਾ ਹੈਗਾ ਤੇ ਫਿਰ ਉਹਦੇ ਵਿੱਚ ਪਰਮੇਸ਼ਰ ਦਾ ਭੈ ਜਿਹੜਾ ਹਨਾ ਉਹ ਸਿੱਖ ਦੇ ਅੰਦਰ ਪੈਦਾ ਹੁੰਦਾ ਤੇ ਜਦ ਭੈ ਪੈਦਾ ਹੁੰਦਾ ਭੈ ਦੇ ਵਿੱਚੋਂ ਫਿਰ ਪਰਮੇਸ਼ਰ ਦਾ ਭੌਪ ਪੈਦਾ ਹੁੰਦਾ ਪ੍ਰੇਮ ਪੈਦਾ ਹੁੰਦਾ ਜਿੱਥੇ ਪ੍ਰੇਮ ਪੈਦਾ ਹੁੰਦਾ ਨਾਲ ਹੀ ਕਿਰਪਾ ਵੀ ਬਣਦੀ ਆ ਸੋ ਜਦ ਸਿੱਖ ਦੇ ਅੰਦਰ ਜਿਹੜਾ ਹਨਾ ਪਰਮੇਸ਼ਰ ਦਾ ਭੈ ਬਣਦਾ ਫਿਰ ਇਹੀ ਭੈ ਜਿਹੜਾ ਹਨਾ ਉਹ ਸਿੱਖ ਨੂੰ ਸੰਸਾਰ ਤੇ ਪਰਮੇਸ਼ਰ ਦੀ ਮਾਇਆ ਤੋਂ ਨਿਰਪਉ ਕਰਦਾ ਹੈਗਾ ਤੇ ਜਦੋਂ ਪਰਮੇਸ਼ਰ ਦੀ ਮਾਇਆ ਤੇ ਸੰਸਾਰ ਤੋਂ ਸਿੱਖ ਨਿਰਪੋ ਹੋ ਜਾਂਦਾ ਤੇ ਇਹੋ ਹੀ ਭੈ ਜਦ ਅੰਦਰ ਪੱਕ ਜਾਂਦਾ ਵਾਹਿਗੁਰੂ ਦੇ ਪ੍ਰਤੀ ਬਸ ਇਹ ਜਿਹੜਾ ਭੈ ਹੈ ਇਹਨੂੰ ਨਿਰਮਲ ਭੈ ਆਖਦੇ ਆ ਇਹ ਐਸਾ ਭੈ ਹੈ ਜਿਹਨੂੰ ਬਾਣੀ ਨੇ ਆਖਿਆ ਭੈ ਵਿੱਚ ਪਵਨ ਵਹੇ ਸਦ ਵਾਹੋ ਭੈ ਵਿੱਚ ਚੱਲੇ ਲੱਖ ਦਰਿਆ ਉਹ ਭਾਵ ਕਿ ਇਹੋ ਭੈ ਜਿਹੜਾ ਹਨ ਸਾਰੀ ਕੁਦਰਤ ਨੂੰ ਚਲਾਉਂਦਾ ਤੇ ਇਹ ਜਿਹੜਾ ਨਿਰਪੋ ਆ ਹਨ ਜਦ ਸਿੱਖ ਵੀ ਇਸ ਨਿਰਪੋ ਫੇਰ ਦੇ ਵਿੱਚ ਆ ਜਾਂਦਾ ਪਹੁੰਚ ਜਾਂਦਾ ਉਹਦੇ ਅਨੁਭਵ ਦੇ ਵਿੱਚ ਇਹ ਚੀਜ਼ ਆ ਜਾਂਦੀ ਆ ਫਿਰ ਉਸ ਨੂੰ ਨਾ ਵਾਹਿਗੁਰੂ ਦੇ ਹੁਕਮ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਆ ਜਦ ਵਾਹਿਗੁਰੂ ਦੇ ਹੁਕਮ ਦੀ ਸੋਝੀ ਆਉਂਦੀ ਆ ਇਸ ਸੋਝੀ ਆਉਣ ਦੇ ਸਦਕੇ ਫਿਰ ਉਹ ਜਦ ਹੁਕਮ ਨੂੰ ਕਮਾਉਂਦਾ ਹੈ ਤਾਂ ਫਿਰ ਜੋ ਪਰਮੇਸ਼ਰ ਹੈ ਉਹਦੀ ਪ੍ਰਸੰਤਾ ਨੂੰ ਹਾਸਲ ਕਰਦਾ ਸੋ ਇਹ ਜਿਹੜਾ ਨਾ ਭਾਵ ਹੈ ਇਹਨਾਂ ਪੰਕਤੀਆਂ ਦੇ ਵਿੱਚ ਸਾਨੂੰ ਸਿੱਧੇ ਤੌਰ ਤੇ ਪ੍ਰਾਪਤ ਹੋ ਜਾਂਦਾ ਔਰ ਅਗਰ ਇਸ ਨੂੰ ਆਪਾਂ ਥੋੜਾ ਜਿਹਾ ਹੋਰ ਵੀ ਸਪਸ਼ਟੀ ਕਰਨ ਦੇਖੀਏ ਤਾਂ ਅਸੀਂ ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਗੁਰਸਿੱਖ ਪਰਮੇਸ਼ਰ ਦੇ ਭੈ ਵਿੱਚ ਰਹਿੰਦੇ ਆ ਤੇ ਭੈ ਦੇ ਵਿੱਚ ਪ੍ਰੇਮ ਅਦਬ ਤੇ ਸਤਕਾਰ ਵੀ ਜੁੜਿਆ ਹੁੰਦਾ ਉਹਨਾਂ ਦੇ ਅੰਦਰ ਹਨਾ ਕੀ ਹੁੰਦਾ ਜਦ ਹੁਕਮ ਦੀ ਸੋਝੀ ਆਉਂਦੀ ਘਮਉਂਦੇ ਆ ਫਿਰ ਉਹਨਾਂ ਦੀ ਜਿਹੜੀ ਨੇ ਬੁੱਧੀ ਹੈ ਜਾ ਇਹੋ ਕਹੋ ਜਿਹੜੀ ਗੈਭੀ ਤਾਕਤ ਪਰਮੇਸ਼ਰ ਉਹਨਾਂ ਨੂੰ ਬਖਸ਼ਾ ਉਸ ਗੈਭੀ ਤਾਕਤ ਦੇ ਆਸਰੇ ਦੇ ਉੱਤੇ ਬਹੁਤ ਸਾਰੇ ਭੇਦ ਖੁੱਲਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਭੇਦਾਂ ਦੇ ਅੰਦਰ ਹਨਾ ਫਿਰ ਉਹ ਗੁਰਸਿੱਖ ਨੂੰ ਆਉਣ ਵਾਲੀਆਂ ਘਟਨਾਵਾਂ ਦਾ ਪਤਾ ਲੱਗ ਜਾਂਦਾ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਨਾ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੋ ਰਿਹਾ ਪਰਮੇਸ਼ਰ ਦੀ ਖੁਸ਼ੀ ਵਿੱਚ ਹੋ ਰਿਹਾ ਪਰਮੇਸ਼ਰ ਦੀ ਮਰਜ਼ੀ ਵਿੱਚ ਹੋ ਰਿਹਾ ਹੈ ਤੇ ਜਿਹੜੀ ਚੀਜ਼ ਪਰਮੇਸ਼ਰ ਦੀ ਖੁਸ਼ੀ ਰਜ਼ਾ ਵਿੱਚ ਹੁੰਦੀ ਆ ਉਸ ਨੂੰ ਵੀ ਗੁਰਸਿੱਖ ਸਮਝਦੇ ਆ ਤੇ ਜਿਹੜੀ ਐਸੀ ਘਟਨਾ ਕਰਮ ਮਨੁੱਖ ਆਪਣੀ ਮਨ ਦੀ ਮਰਜ਼ੀ ਨਾ ਕਰਦਾ ਹੈ ਤੇ ਗੁਰਸਿੱਖ ਉਸ ਨੂੰ ਵੀ ਸਮਝਦੇ ਆ। ਸੋ ਕਹਿਣ ਤੋਂ ਭਾਵ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਹਰ ਇੱਕ ਚੀਜ਼ ਤੇ ਆ ਚੀਜ਼ ਪਰਮੇਸ਼ਰ ਦੀ ਖੁਸ਼ੀ ਮਰਜ਼ੀ ਨਾਲ ਹੋ ਰਹੀ ਆ। ਤੇ ਬਾਕੀ ਜੋ ਪਰਮੇਸ਼ਰ ਦੇ ਬਣਾਏ ਹੋਏ ਜੀਵ ਜੰਤੂ ਜਾਂ ਇਨਸਾਨ ਹੈ ਇਹ ਜਦ ਪਰਮੇਸ਼ਰ ਦੀ ਖੁਸ਼ੀ ਤੋਂ ਕੁਝ ਉਲਟ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਸ ਨੂੰ ਵੀ ਗੁਰਸਿੱਖ ਸਹਿਜ ਦੇ ਵਿੱਚ ਸਮਝ ਲੈਂਦੇ ਆ। ਸੋ ਕਹਿਣ ਤੋਂ ਭਾਵ ਇਹ ਕਿ ਉਸ ਹਰ ਇੱਕ ਚੀਜ਼ ਦੇ ਗਿਆਤਾ ਹੋ ਜਾਂਦੇ ਆ। ਜਦ ਉਤ੍ਰਕਾਰ ਦਰਸ਼ੀ ਹੋ ਜਾਂਦੇ ਆ ਗੈਤਾ ਹੋ ਜਾਂਦੇ ਫਿਰ ਉਹਨਾਂ ਨੂੰ ਹਰ ਇੱਕ ਘਟਨਾ ਕਰਮ ਦਾ ਪਤਾ ਲੱਗ ਜਾਂਦਾ ਜਿਵੇਂ ਦਾਸ ਨੇ ਜਿਹੜੇ ਸੀ ਇੱਕ ਘਟਨਾ ਉਹ ਸਾਂਝੀ ਕੀਤੀ ਸੀਗੀ ਕਿ ਇੱਕ ਵਾਰੀ ਕੋ ਸੱਜਣ ਜਿਹੜੇ ਸੀਗੇ ਉਹ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ ਉਹ ਦਾਸ ਨੂੰ ਦੱਸਦੇ ਸੀਗੇ ਕਿ ਉਸ ਟ੍ਰੇਨ ਦੇ ਵਿੱਚ ਹਨ ਕੋਈ ਮਸਤ ਮਲੰਗ ਫਖੀਰ ਜਿਹੜੇ ਸੀਗੇ ਉਹ ਵੀ ਜਿਹੜੇ ਸੀਗੇ ਉਸ ਟ੍ਰੇਨ ਦੇ ਵਿੱਚ ਡੱਬੇ ਦੇ ਵਿੱਚ ਘੁੰਮ ਰਹੇ ਸੀ ਪਰ ਕਹਿੰਦੇ ਜਦੋਂ ਸਾਡੇ ਕੋਲ ਆਉਂਦੇ ਸੀ ਇਹਨਾਂ ਮੋੜ-ਮੋੜ ਇੱਕੋ ਹੀ ਲਫ਼ਜ਼ ਕਹਿੰਦੇ ਸੀ ਉਹ ਕਹਿੰਦੇ ਸੀਗੇ ਕਹਿੰਦੇ ਵੀ ਮਾਰਦਾ ਤਾਂ ਆਪਾ ਨਾਮ ਝੋਟੇ ਦਾ ਲਾਉਂਦਾ ਮਾਰਦਾ ਤਾਂ ਆਪਾ ਨਾਂ ਝੋਟੇ ਦਾ ਲਾ ਦਿੰਦਾ ਕਹਿੰਦੇ ਅਸੀਂ ਜਾਨੀ ਕੁਝ ਬੋਲੇ ਨਹੀਂ ਉਹਦੇ ਵੱਲ ਦੇਖਿਆ ਕਿ ਸ਼ਾਇਦ ਹੋ ਸਕਦਾ ਕੋਈ ਮਸਤ ਮਲੰਗ ਬਖੀਰਾ ਜਿਹੜੇ ਵਾਰ-ਵਾਰ ਇਹੋ ਹੀ ਹੈ ਨਾ ਗੱਲ ਨੂੰ ਦੁਹਰਾਈ ਜਾਂਦੇ ਨੇ ਅਰੇ ਡੱਬੇ ਦੇ ਵਿੱਚ ਘੁੰਮਦੇ ਆ ਪਰ ਜਦੋਂ ਕਹਿੰਦੇ ਆ ਕਿ ਮਾਰਦਾ ਆਪਾ ਨਾਂ ਝੋਟੇ ਦਾ ਲਾਉਂਦਾ ਤਾਂ ਫਿਰ ਉੱਚੀ-ਉੱਚੀ ਹੱਸਦੇ ਵੀ ਆ ਕਹਿੰਦੇ ਖੈਰ ਜਦ ਅਗਲੇ ਸਟੇਸ਼ਨ ਦੇ ਉੱਤੇ ਜਿੱਦੀ ਗੱਡੀ ਜਿਹੜੀ ਸੀ ਰੁਕੀ ਤੋ ਉਹ ਜਿਹੜੇ ਮਸਤਮਲੰਗ ਫਕੀਰ ਸੀਗੇ ਕਹਿੰਦੇ ਉਹ ਟ੍ਰੇਨ ਦੇ ਡੱਬੇ ਚ ਉਤਰੇ ਤੇ ਉਤਰ ਕੇ ਕਹਿੰਦੇ ਗੱਡੀ ਕੁਝ ਚ ਰੁਕੀ ਤੇ ਉਸ ਸਟੇਸ਼ਨ ਦਾ ਨਾਲ ਹੀ ਹਨਾ ਕਹਿੰਦੇ ਇੱਕ ਛੱਪੜ ਸਗਾ ਜਦ ਛੱਪੜ ਸਗਾ ਤੇ ਜੋ ਹੀ ਕਹਿੰਦੇ ਉਹ ਫਕੀਰੀ ਦੇ ਛੱਪੜ ਕੋਲ ਨੂੰ ਲੰਘਣ ਲੱਗੇ ਤੇ ਸਾਰਿਆਂ ਨੇ ਕਹਿੰਦੇ ਅਸੀਂ ਗੱਡੀ ਵਿੱਚ ਦੀ ਕੀ ਦੇਖਿਆ ਕਿ ਛੱਪੜ ਦੇ ਵਿੱਚ ਇੱਕ ਝੋਟਾ ਜਿਹੜਾ ਨਹਾ ਰਿਹਾ ਸੀਗਾ ਬਸ ਜਦੋਂ ਝੋਟਾ ਨਹਾ ਰਿਹਾ ਸੀਗਾ ਉਸ ਝੋਟੇ ਦਾ ਧਿਆਨ ਜਿਹੜਾ ਸੀਗਾ ਉਸ ਮਸਤਮਲੰਗ ਫਕੀਰ ਦੇ ਉੱਤੇ ਪਿਆ ਬੱਸ ਦੇਖਦੇ ਸਾਰੀ ਉਹ ਝੋਟੇ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਛੱਪੜ ਦੇ ਵਿੱਚੋਂ ਜਿਹੋ ਨੱਠਾ ਨਾ ਪਖੀਰ ਵਾਲ ਉਸਨੇ ਜਾਂਦੇ ਨਹੀਂ ਹੈਣਾ ਪਖੀਰ ਨੂੰ ਜਿਹੜਾ ਸੀ ਆਪਣੇ ਸੰਗਾ ਤੇ ਚੱਕ ਕੇ ਪਟਕਾ ਕੇ ਥੱਲੇ ਮਾਰਿਆ ਤੇ ਉਹ ਜਿਹੜਾ ਪਖੀਰ ਸਗਾ ਫਿਰ ਉਹ ਆਪਣਾ ਪੰਜਪੂਤਕ ਸਰੀਰ ਤੇ ਆ ਗਿਆ ਕਿੰਨੇ ਜਾਦੀ ਦੇਖਿਆ ਤੇ ਗੱਡੀ ਦੇ ਵਿੱਚ ਜਿੰਨੇ ਵੀ ਜਿਹੜੇ ਮੁਸਾਫਰ ਸਿਗੇ ਉਹ ਬੜੇ ਹੈਰਾਨ ਹੋਏ ਤੇ ਸਾਰਿਆਂ ਦੇ ਮੁੱਖ ਦੇ ਵਿੱਚ ਇਹੋ ਹੀ ਗੱਲ ਸੀਗੀ ਕਿ ਫਖੀਰ ਵਾਕਿਆ ਜਿਹੜਾ ਇਹ ਕਹਿੰਦਾ ਸੀਗਾ ਕਿ ਮੁਆਰਦਾ ਆਪਾਂ ਨਾਮ ਝੋਟੇ ਦਾ ਲਾਉਂਦਾ ਹੈਗਾ ਇਹਦਾ ਮਤਲਬ ਹੈਗਾ ਫਖੀਰ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਸੀਗਾ ਪਰ ਨਾਲ ਜਦੋਂ ਹਸਦਾਨ ਸੀਗਾ ਤਾਂ ਹਸਣ ਦੇ ਵਿੱਚ ਉਹ ਵਾਹਿਗੁਰੂ ਦੀ ਜਿਹੜੀ ਰਜਾ ਖੁਸ਼ੀ ਆ ਨਾ ਉਹਨੂੰ ਪ੍ਰਗਟ ਕਰਦਾ ਸੀਗਾ ਕਿ ਮੁਆਰਦਾ ਤਾਂ ਆਪ ਹੈ ਪਰ ਨਾ ਝੋਟੇ ਦਾ ਲਾ ਰਿਹਾ ਹੈਗਾ ਇਸ ਨੂੰ ਕਹਿੰਦੀ ਹੈ ਕਿ ਵਾਹਿਗੁਰੂ ਦੀ ਰਜਾ ਹੁਕਮ ਨੂੰ ਸਮਝ ਲੈਣਾ ਜਿਹੜੇ ਫਕੀਰ ਹਨ ਜਦੋਂ ਵਾਹਿਗੁਰੂ ਦੀ ਰਜ਼ਾ ਹੁਕਮ ਨੂੰ ਸਮਝਦੇ ਹੈ ਤੇ ਬਾਣੀ ਨੇ ਇਸੇ ਕਾਰ ਕਰਕੇ ਸਾਨੂੰ ਆਖਿਆ ਕਿ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਈ ਕਹਿੰਦੇ ਫਿਰ ਉਹ ਆਪਣੀ ਮੈਂ ਵਡਿਆਈ ਜਿਹੜੀ ਹੈ ਨਾ ਉਹ ਪੇਸ਼ ਨਹੀਂ ਕਰਦੇ ਭਾਵ ਕਿ ਆ ਕਿ ਉਹਨਾਂ ਨੂੰ ਆਪਣੀ ਮੈਂ ਵਡਿਆਈ ਸਤਕਾਰ ਸਵਾਰਥ ਇਸ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਇਹਨਾਂ ਤੋਂ ਪਰੇ ਰਹਿੰਦੇ ਆ ਉਹਨਾਂ ਨੂੰ ਜੋ ਪਰਮੇਸ਼ਰ ਆਪਣੀ ਮੌਜ ਵਿੱਚ ਉਹਨਾਂ ਦੇ ਨਾਲ ਜੋ ਕਟਨਾ ਕਰਮ ਕਰ ਰਿਹਾ ਹੁੰਦਾ ਹੈ ਨਾ ਬਸ ਉਸ ਨੂੰ ਉਹ ਧਿਆਨ ਵਿੱਚ ਰੱਖਦੇ ਆ ਤੇ ਵਾਹਿਗੁਰੂ ਦੀ ਪ੍ਰਸੰਤਾ ਹਾਸਲ ਕਰਦੇ ਆ ਸੋ ਕਹਿਣ ਤੋਂ ਪਾਵੇ ਆ ਕਿ ਪਰਮੇਸ਼ਰ ਦੇ ਇਹ ਇੱਕ ਰੰਗ ਹੈਗਾ ਕਿ ਜਿਹੜੇ ਵਾਹਿਗੁਰੂ ਨਾਲ ਜੁੜਿਓ ਆ ਹਨ ਬਸ ਉਹ ਇਸ ਤਰ੍ਹਾਂ ਮਨ ਦੇ ਵਿੱਚ ਸਮਝਦੇ ਆ ਕਿ ਵਾਹਿਗੁਰੂ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਆ ਔਰ ਜਿਸ ਰੰਗ ਵਿੱਚ ਵੀ ਪਰਮੇਸ਼ਰ ਆਪਣੀ ਖੇਡ ਖੇਡਦਾ ਹਨ ਬਸ ਉਹ ਉਸੇ ਰੰਗ ਉਹਨਾਂ ਨੂੰ ਪਿਆਰਾ ਲੱਗਦਾ ਹੈਗਾ ਕਿਉਂਕਿ ਉਹ ਮਰਜੀਵੜੇ ਹੁੰਦੇ ਆ ਮੌਤ ਜਿਹੜੀ ਹੈ ਉਹਨਾਂ ਦਾ ਭੈ ਉਹਨਾਂ ਦੇ ਅੰਦਰ ਤਿਲ ਮਾਤਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਜਿਸ ਮਰਨ ਨੇ ਤੇ ਜਗ ਡਰੇ ਮੇਰੇ ਮਰਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਸੋ ਇਸ ਕਰਕੇ ਜਿਹੜੇ ਪਿਆਰੇ ਹੁੰਦੇ ਆ ਇਹਨਾਂ ਦੇ ਅੰਦਰ ਪਰਉਪਕਾਰ ਦਾ ਸੁਭਾਅ ਸਦਾ ਹੀ ਬਣਿਆ ਰਹਿੰਦਾ ਹੈਗਾ ਜਿਵੇਂ ਪ੍ਰਕਿਰਤੀ ਆ ਨਾ ਪ੍ਰਕਿਰਤੀ ਦਾ ਸੁਭਾਅ ਕੀ ਆ ਕਿ ਸਭ ਨੂੰ ਚੀਜ਼ ਦੇਣੀ ਸਭ ਦੇ ਉੱਤੇ ਪਰਉਪਕਾਰ ਕਰਨਾ ਦੇਖੋ ਹੁਣ ਸੂਰਜ ਹੈ ਸਭ ਨੂੰ ਰੋਸ਼ਨੀ ਦਿੰਦਾ ਪਰ ਰੋਸ਼ਨੀ ਦੇ ਬਦਲੇ ਕਿਸੇ ਪਾਸੋਂ ਕਿਸੇ ਦੀ ਕੋਈ ਆਸ ਨਹੀਂ ਰੱਖਦਾ ਇਸੇ ਤਰ੍ਹਾਂ ਚੰ드ਰਮਾ ਸ਼ੀਤਲਤਾ ਬਖਸ਼ਦਾ ਹੈ ਇਸੇ ਤਰ੍ਹਾਂ ਦੀ ਪਵਨ ਹੈ ਉਹ ਸਭ ਨੂੰ ਠੰਡੀ ਹਵਾ ਦਿੰਦੀ ਹੈ ਪਰ ਉਹਦੇ ਵੱਟੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇੱਛਾ ਖਾਸ਼ ਨਹੀਂ ਰੱਖਦੀ ਇਹ ਪ੍ਰਕਿਰਤੀ ਦਾ ਸੁਆਹ ਹੈਗਾ ਹੁਣ ਦੇਖੋ ਜਿੰਨੇ ਵੀ ਇਹ ਬਨਸਪਤੀ ਹੈਗੀ ਆ ਇਹ ਪੇੜ ਪੌਦੇ ਹੈਗੇ ਆ ਇਹ ਸਾਨੂੰ ਫਲ ਦਿੰਦੇ ਆ ਦਵਾਈਆਂ ਦਿੰਦੇ ਆ ਬੜਾ ਕੁਛ ਦੇ ਦਿੰਦੇ ਪਰ ਇਹਨਾਂ ਦੇ ਬਦਲੇ ਇਨਸਾਨ ਤੋਂ ਕਿਸ ਚੀਜ਼ ਦੀ ਆਸ ਰੱਖਦੇ ਆ ਕੋਈ ਆਸ ਨਹੀਂ ਰੱਖਦੇ ਕਿਉਂਕਿ ਸੁਆਹ ਹੈ ਇਸੇ ਕਰਕੇ ਜਿਹੜੇ ਵਾਹਿਗੁਰੂ ਦੇ ਪਿਆਰੇ ਉਹਨਾਂ ਦਾ ਸੁਆਹ ਵੀ ਹਨ ਇਸ ਪ੍ਰਕਿਰਤੀ ਵਰਗਾ ਹੁੰਦਾ ਹੈਗਾ ਸੋ ਜਦ ਸੁਹਾਵ ਪ੍ਰਕਿਰਤੀ ਵਰਗਾ ਹੁੰਦਾ ਹੈ ਉਹ ਕਿਉਂ ਆ ਕਿਉਂਕਿ ਉਹ ਪਰਮੇਸ਼ਰ ਦੇ ਹੁਕਮ ਨੂੰ ਬੁੱਝਦੇ ਹੈ ਸੋ ਪਰਮੇਸ਼ਰ ਦਾ ਜਿਹੜਾ ਸੁਹਾਵ ਨਾ ਉਹ ਇਹੋ ਹੀ ਆ ਕਿ ਮੈਂ ਹਮੇਸ਼ਾ ਜਿਹੜਾ ਹੈਗਾ ਆਪਣੇ ਜੀ ਜਿੰਨੇ ਵੀ ਮੈਂ ਉਸ ਵਾਹਿਗੁਰੂ ਨੇ ਪੈਦਾ ਕੀਤੇ ਆ ਬਸ ਉਹਨਾਂ ਨੂੰ ਦਾਤਾਂ ਦੇਣੀਆਂ ਖੁੱਲੀਆਂ ਦਾਤਾਂ ਦੇਣੀਆਂ ਜਿਵੇਂ ਗਰਬਾਣੀ ਦਾ ਫਰਮਾਨ ਹੈ ਕਿ ਸੇਵਕੇ ਭਰਪੂਰ ਜੁਗ-ਜੁਗ ਵਾਹਿਗੁਰੂ ਤੇਰਾ ਸਭ ਸਦਕਾ ਕਿ ਆਪਣੇ ਸੇਵ ਕਰਨ ਨੂੰ ਜੁਗ ਜੁਗ ਭਰਪੂਰ ਰੱਖਣਾ ਉਹਨਾਂ ਦੇ ਭੰਡਾਰੇ ਭਰ ਕੇ ਰੱਖਣ ਇਹ ਪਰਮੇਸ਼ਰ ਦਾ ਸਦਕਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੁੰਦਾ ਜਿਵੇਂ ਇੱਕ ਘਟਨਾ ਕਰਮ ਹੈ ਕਿ ਇੱਕ ਸੱਜਣ ਜਿਹੜੇ ਫੌਜ ਵਿੱਚ ਸੀਗੇ ਉਹਨਾਂ ਨੇ ਆਪਣੇ ਹਨਾ ਜੀਵਨ ਦੀ ਇੱਕ ਗੱਲ ਬੜੀ ਜਿਹੜੀ ਸੀ ਸਾਂਝੀ ਕੀਤੀ ਬੜੀ ਹੈਰਾਨੀਜਨਕ ਉਹ ਇਹ ਸੀ ਕਿ ਇੱਕ ਵਾਰ ਉਹ ਦੱਸਦੇ ਸੀਗੇ ਕਿ ਇੱਕ ਵਾਰ ਉਹ ਜਿਹੜੇ ਸੀ ਨਾ ਜਦ ਬਿਮਾਰ ਹੋਏ ਪਰ ਉਹਨਾਂ ਦਾ ਜਿਹੜੇ ਪਰਿਵਾਰ ਦੇ ਉਹਨਾਂ ਦੇ ਬੇਟੇ ਸੀਗੇ ਜਾਂ ਪਰਿਵਾਰ ਦੇ ਹੋਰ ਜੀ ਸੀਗੇ ਉਹ ਉਹਨਾਂ ਦੀ ਖਾਸ ਇਹਨਾਂ ਧਿਆਨ ਕੇਅਰ ਨਹੀਂ ਸੀ ਕਰਦੇ ਹਾਂਦੇ ਤੇ ਜਦ ਕਹਿੰਦੇ ਉਹ ਬਿਮਾਰ ਹੋਇਆ ਤੇ ਉਹਨਾਂ ਦੇ ਲੜਕਿਆਂ ਨੇ ਕੀ ਕੀਤਾ ਉਹਨਾਂ ਨੂੰ ਇੱਕ ਹਸਪੀਟਲ 'ਚ ਭਰਤੀ ਕਰ ਦਿੱਤਾ ਜਦ ਇਹ ਭਰਤੀ ਕਰ ਦਿੱਤਾ ਤੇ ਕਹਿੰਦੇ ਜਿਹੜੇ ਉਹਨਾਂ ਦੀ ਲੜਕੀਆਂ ਦੀਆਂ ਘਰ ਵਾਲੀਆਂ ਸੀ ਜਾਂ ਸਰਦਾਰ ਹੋਣੇ ਜਿਹੜੇ ਆਦਮੀ ਦੇ ਅਫਸਰ ਸੀ ਵੱਡੇ ਕਹਿੰਦੇ ਉਹਨਾਂ ਦੀਆਂ ਨੋਹਾਂ ਸੀ ਉਹਨਾਂ ਨੇ ਜਿਹੜੀ ਸੀ ਆਪਣੇ ਘਰ ਵਾਲਿਆਂ ਨਾਲ ਉਹਨਾਂ ਲੜਕਿਆਂ ਨੇ ਸਲਾਹ ਕੀਤੀ ਕਿ ਪਿਤਾ ਜੀ ਜਿਹੜੇ ਇਹ ਹਸਪੀਟਲ ਆ ਗਏ ਆ ਤੇ ਇਹ ਅਗਰ ਕੁਸ਼ਚ ਇੱਥੇ ਸੌਂ ਜਾਣ ਜਿਆਦਾ ਟਾਈਮ ਹੋ ਜਾਣ ਤਾਂ ਅਸੀਂ ਥੋੜਾ ਹਨਾ ਆਪਣਾ ਘੁੰਮ ਫਿਰ ਕੇ ਆਪਣਾ ਮਨੋਰੰਜਨ ਸੈਰ ਸਫਟਾ ਕਰਕੇ ਆਈਏ ਸੋ ਉਹਦੇ ਲੜਕਿਆਂ ਨੇ ਤੇ ਉਹਨਾਂ ਦੀਆਂ ਪਤਨੀਆਂ ਨੇ ਡਾਕਟਰ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਪਿਤਾ ਜੀ ਨੂੰ ਇੱਕ ਹਨਾ ਥੋੜਾ ਜਿਹਾ ਤਕੜਾ ਜਿਹੜਾ ਹੈ ਉਹ ਨੀਂਦ ਦਾ ਟੀਕਾ ਲਾ ਦਿਓ ਤਾਂ ਜੇ ਜਿਆਦਾ ਟਾਈਮ ਸੁੱਤੇ ਰਹਿਣ ਤਾਂ ਅਸੀਂ ਥੋੜਾ ਹਨਾ ਬਾਹਰ ਘੁੰਮ ਫਿਰ ਕੇ ਸੈਰ ਕਰਕੇ ਮਨੋਰੰਜਨ ਕਰਕੇ ਆ ਜਾਈਏ ਪਰ ਦੇਖੋ ਕਹਿੰਦੇ ਉਹਨਾਂ ਦੇ ਲੜਕੇ ਤੇ ਜਿਹੜੀਆਂ ਨੋਹਾਂ ਸੀ ਉਹ ਘੁੰਮਣ ਲਈ ਸੀ ਬਹਾਨੇ ਬਾਹਰ ਚਲੇ ਗਏ ਆ ਤੇ ਡਾਕਟਰ ਨੇ ਜਦ ਉਸ ਫੌਜੀ ਅਫਸਰ ਨੂੰ ਨੀਂਦ ਦਾ ਟੀਕਾ ਲਾਇਆ ਤੇ ਉਹ ਟੀਕੇ ਦੇ ਵਿੱਚ ਜਿਹੜੀ ਡੋਜ਼ ਸੀਗੀ ਉਹ ਜਿਹੜੀ ਸੀ ਕੁਝ ਵੱਧ ਦਿੱਤੀ ਜਦ ਉਹ ਟੀਕੇ ਦੀ ਮਾਤਰਾ ਵੱਧ ਹੋਈ ਉਦੋਂ ਕੀ ਹੋਇਆਗਾ ਕਿ ਜਿਹੜੇ ਉਹ ਸਰਦਾਰ ਹੁਣੇ ਜਿਹਨਾਂ ਨੇ ਟੀਕਾ ਲੱਗਾ ਸੀਗਾ ਉਹ ਬਿਲਕੁਲ ਜਿੱਥੇ ਨੀਂਬੋਸ਼ੀ ਦੀ ਹਾਲਤ ਦੇ ਵਿੱਚ ਰਹਿਣਾ ਸੀਗਾ ਉੱਥੇ ਬਿਲਕੁਲ ਜਿਹੜੇ ਸੀ ਉਹ ਆਪਣੇ ਸਰੀਰ ਦੇ ਵਿੱਚ ਜਿਵੇਂ ਕਹੋ ਕਿ ਇੱਕ ਕੋਮਾ ਦੀ ਸ਼ਕਲ ਦੇ ਵਿੱਚ ਚਲੇਗਾ ਜਦੋਂ ਕੋਮਾ ਦੀ ਸ਼ਕਲ 'ਚ ਚਲੇਗਾ ਫਿਰ ਕਹਿੰਦੇ ਕੀ ਹੋਇਆ ਉਹ ਫਿਰ ਆਪਣੇ ਉਹਨੀ ਘਟਨਾ ਦੱਸੀ ਕਿ ਇਸ ਤੋਂ ਪਹਿਲਾਂ ਫਿਰ ਉਹਨਾਂ ਨੇ ਆਪਣਾ ਸਰਦਾਰ ਜਿਹੜੇ ਫੌਜੀ ਕੋਮਾ ਦੀ ਸ਼ਕਲ ਜੇਗਾ ਹੈ ਉਹ ਕਹਿਣ ਲੱਗੇ ਕਿ ਮੇਰੇ ਇੱਕ ਜੀਵਨ ਦੀ ਘਟਨਾ ਜਿਹੜੀ ਮੇਰੀ ਬਚਪਨ ਦੀ ਸੀਗੀ ਉਹ ਮੇਰੇ ਸਾਹਮਣੇ ਫਿਰ ਜਿਹੜੀ ਹੈ ਨਾ ਪ੍ਰਤੱਖ ਮੇਰੇ ਨਾਲ ਹਕੀਕਤ ਹੋਈ ਆ ਕਹਿੰਦੇ ਉਹਨੂੰ ਅਸੀਂ ਦੇਖ ਕੇ 당ਗ ਰਹਿ ਗਏ। ਉਹ ਕੀ ਸੀ ਉਹ ਦੱਸਦੇ ਆ ਕਿ ਜਦੋਂ ਮੈਂ ਛੋਟਾ ਹੁੰਦਾ ਸੀਗਾ ਬੱਚਾ ਸੀਗਾ ਉਸ ਟਾਈਮ ਕਹਿੰਦੇ ਸਾਡੇ ਹਨਾ ਇਲਾਕੇ ਦੇ ਵਿੱਚ ਇੱਕ ਸਾਧੂ ਜਿਹੜੇ ਸੀਗੇ ਉਹ ਭਖੀਰ ਉਹ ਕਹਿੰਦੇ ਉਹ ਭਿਖਿਆ ਮੰਗਣ ਆਉਂਦੇ ਹੁੰਦੇ ਸੀ। ਜਦ ਕਹਿੰਦੇ ਉਹ ਗਜਾ ਕਰਨਾ ਹੁੰਦੇ ਸੀ ਭਿਖਿਆ ਮੰਗਣ ਆਉਂਦੇ ਸੀ ਤੇ ਕਹਿੰਦੇ ਮੈਨੂੰ ਉਹ ਸਾਧੂ ਤੇ ਬੜੀ ਚਿੜ ਚੜਦੀ ਸੀ। ਤੇ ਮੈਂ ਕਹਿੰਦੇ ਉਹ ਸਾਧੂ ਦੇ ਹਨਾ ਬੱਟੇ ਜਾਂ ਟੀਮਾਂ ਮਾਰਦਾ ਹੁੰਦਾ ਸੀ ਉਹਨਾਂ ਟਾਈਮਾਂ 'ਚ ਪਰ ਕਹਿੰਦੇ ਸਾਧੂ ਮੈਨੂੰ ਕੁਛ ਨਹੀਂ ਸੀ ਕਹਿੰਦੇ ਮੇਰੀਆਂ ਇਹਨਾਂ ਟੀਮਾਂ ਦਾ ਜਵਾਬ ਉਹਨਾਂ ਨੇ ਕਦੀ ਕਿਸੇ ਬੁਰੇ ਬਚਨ ਨਾਲ ਨਹੀਂ ਦਿੱਤਾ ਤੇ ਕਹਿੰਦੇ ਮੈਂ ਟੀਮਾਂ ਮਾਰ-ਮਾਰ ਕੇ ਉਹਨਾਂ ਨੂੰ ਆਪਣੇ ਪਿੰਡ 'ਚ ਭਜਾਉਂਦਾ ਹੁੰਦਾ ਸੀ ਪਰ ਸਾਧੂ ਜਿਹੜੇ ਸੀ ਕੁਛ ਨਹੀਂ ਸੀ ਬੋਲਦੇ ਹੁੰਦੇ ਪਰ ਜਦੋਂ ਵੀ ਕਿਤੇ ਸਾਧੂ ਨੇ ਕਹਿੰਦੇ ਪਿੰਡ 'ਚ ਆਉਣਾ ਮੈਂ ਤੇ ਟੀਮਾਂ ਮਾਰਨੀ ਆ ਉਹਨੇ ਮੇਰੇ ਨਾਲ ਦੇਖਣਾ ਪਰ ਮੇਰੇ ਨਾਲ ਕਹਿੰਦੇ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਕੁਛ ਬੋਲਣਾ ਨਹੀਂ ਪਰ ਕਹਿੰਦੇ ਇਹ ਤਾਂ ਇੱਕ ਮੇਰੇ ਜਿਹੜੀ ਬਚਪਨ ਦੀ ਸ਼ਰਾਰਤ ਹੁੰਦੀ ਸੀ ਉਸ ਤੋਂ ਬਾਅਦ ਫਿਰ ਉਹ ਸੱਜਣ ਕਹਿਣ ਲੱਗੇ ਉਸ ਤੋਂ ਬਾਅਦ ਫਿਰ ਮੈਂ ਫੌਜ ਚ ਭਰਤੀ ਹੋਇਆ ਭਰਤੀ ਹੋ ਕੇ ਫਿਰ ਮੈਂ ਕਹਿੰਦੇ ਵੱਡਾ ਅਫਸਰ ਹੋਇਆ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਇਸ ਤਰ੍ਹਾਂ ਕਰਕੇ ਮੇਰਾ ਪਰਿਵਾਰ ਹੋਇਆ ਮੈਂ ਵਿਆਹਿਆ ਮੇਰੇ ਘਰ ਪਰਿਵਾਰ ਵਿਆਹ ਗਿਆ ਫਿਰ ਨੋਹਾਂ ਤੇ ਫਿਰ ਪੁੱਤ-ਪੁੱਤੀਆਂ ਜਿਹੜੀਆਂ ਅਸੀਂ ਅੱਗੇ ਹੋ ਗਿਆ ਸਾਰਾ ਪਰਿਵਾਰ ਵੱਡਾ ਹੋਇਆ ਹੁਣ ਕਹਿੰਦੇ ਕੀ ਹੋਇਆ ਕਿ ਉਹ ਜਿਹੜਾ ਟੀਕਾ ਲਾਇਆ ਸੀ ਜਿਹਦੇ ਨਾਲ ਮੈਂ ਬਿਲਕੁਲ ਕੋਮਾ ਦੀ ਸ਼ਕਲ ਚ ਚਲ ਗਿਆ ਸੀ ਉਹ ਦਿਨ ਨਾਲ ਕਹਿੰਦੇ ਕੀ ਹੋਇਆ ਕਿ ਮੇਰਾ ਜਿਹੜੀ ਰੂਹ ਸੀ ਹਨਾ ਉਸ ਮੇਰੀ ਰੂਹ ਨੂੰ ਮੇਰੀ ਆਤਮਾ ਨੂੰ ਉਸ ਟਾਈਮ ਇੱਕ ਘਟਨਾ ਕਰਮ ਐਸਾ ਹੋਇਆ ਕਿ ਜਮਦੂਤ ਆਏ ਧਰਮਰਾਜ ਦੇ ਕਹਿੰਦੇ ਜਮਦੂਤ ਜਿਹੜੇ ਸੀ ਮੇਰੀ ਰੂਹ ਨੂੰ ਜਿਹੜੇ ਸੀ ਕੋ ਧਰਮਰਾਜ ਦੀ ਕਚਹਿਰੀ ਵੱਲੋਂ ਧੂਕੇ ਬੰਨ ਕੇ ਖਿੱਚ ਕੇ ਲੈ ਗਏ ਜਦ ਕਹਿੰਦੇ ਉਹ ਮੈਨੂੰ ਖਿੱਚ ਕੇ ਮਾਰ ਕੇ ਧਰਮਰਾਜ ਦੀ ਕਚਹਿਰੀ ਵੱਲੋਂ ਲੈ ਕੇ ਜਾ ਰਹੇ ਆ ਤੇ ਮੈਂ ਹੈਰਾਨ ਹੋ ਗਿਆ ਵੀ ਕਿਵੇਂ ਹੋ ਗਿਆ ਸਾਰਾ ਕੁਝ ਜਦ ਕਹਿੰਦੇ ਮੈਂ ਹਜੇ ਇਸ ਤਰ੍ਹਾਂ ਜਿਹੜਾ ਸਗਾ ਉਹਨਾਂ ਦੀ ਕੁੱਟ ਦੀ ਮਾਰ ਚੱਲਦਾ ਰੋਲਾ ਪਾ ਰਿਆ ਸਗਾ ਕਿ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਪਰ ਕਹਿੰਦੇ ਵੀ ਉਹ ਮੈਨੂੰ ਕਿੱਥੇ ਛੱਡਣ ਲੱਗੇ ਸਗੇ ਉਹ ਤਾਂ ਹੁਣ ਅਗਲੀ ਦੁਨੀਆ ਦੀ ਖੇਡ ਹੈਗੀ ਹੈ ਜਿੱਥੇ ਇਨਸਾਨ ਦਾ ਵਾਸ ਨਹੀਂ ਚੱਲਦਾ ਕਹਿੰਦੇ ਇਸ ਤਰ੍ਹਾਂ ਜਦੋਂ ਖਿੱਚ ਕੇ ਲੈ ਜਾ ਰਹੇ ਸਕੇ ਤੇ ਕੀ ਹੋਇਆ ਉਹ ਜਿਹੜਾ ਸਾਧੂ ਸਗਾ ਜੇ ਦੇ ਕਹਿੰਦੇ ਮੈਂ ਬਚਮਚੀ ਟੀਮਾਂ ਜਾਂ ਪੱਥਰ ਮਾਰਦਾ ਹੁੰਦਾ ਸਗਾ ਉਹ ਮੈਨੂੰ ਰਸਤੇ ਵਿੱਚ ਮਿਲਿਆ ਦੇਖੋ ਕਹਿੰਦੇ ਕਿੰਨੇ ਸਾਲ ਪੁਰਾਣੀ ਗੱਲ ਹੈ ਜਦ ਸਾਧੂ ਰਸਤੇ 'ਚ ਮਿਲਿਆ ਤਾਂ ਕਹਿੰਦੇ ਉਹ ਜਮਦੂਤਾਂ ਨੂੰ ਕਹਿਣ ਲੱਗਾ ਕਹਿੰਦਾ ਰੁਕ ਜਾਓ ਜਮਦੂਤ ਕਹਿੰਦੇ ਰੁਕ ਗਏ ਜਦ ਜਮਦੂਤ ਰੁਕੇ ਤਾਂ ਕਹਿੰਦੇ ਸਾਧੂ ਕਹਿਣ ਲੱਗਾ ਇਦਾਂ ਕਰੋ ਇਹਨੂੰ ਛੱਡ ਦਿਓ ਕਹਿੰਦੇ ਜਮਦੂਤਾਂ ਨੇ ਉਹਦੇ ਕਹਿਣ ਦਿੱਤੇ ਕਹਿੰਦੇ ਮੈਨੂੰ ਛੱਡ ਦਿੱਤਾ ਫੌਜੀ ਅਫਸਰ ਕਹਿਣ ਲੱਗੇ ਉਹ ਕਹਿੰਦੇ ਜਦ ਛੱਡਿਆ ਤੇ ਕਹਿੰਦੇ ਉਹ ਫਿਰ ਮੈਨੂੰ ਸਾਧੂ ਕਹਿਣ ਲੱਗਾ ਕਹਿੰਦੇ ਆ ਜਾ ਹੁਣ ਹੁਣ ਤੈਨੂੰ ਕਿਸੇ ਚੀਜ਼ ਦਾ ਡਰ ਨਹੀਂ ਤੂੰ ਮੇਰੇ ਪਾਸ ਆ ਜਾ ਕਹਿੰਦੇ ਮੈਂ ਜਾ ਕੇ ਨਾ ਦੌੜ ਕੇ ਸਾਧੂ ਦੇ ਪੈਰ ਫੜ ਲਿਆ ਬੇਰ ਫੜ ਕੇ ਕਹਿੰਦੇ ਮੈਂ ਬੜਾ ਗੜਗੜਾਇਆ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਬਚਾ ਲਓ ਤੁਸੀਂ ਮੈਨੂੰ ਰੱਖ ਲਓ ਕਿਉਂਕਿ ਇਸ ਦੁਨੀਆ ਦਾ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਪਤਾ ਨਹੀਂ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਪਰ ਕਹਿੰਦੇ ਮੈਂ ਡਰ ਦੇ ਨਾਲ ਹਨਾ ਪੂਰੀ ਤਰ੍ਹਾਂ ਸੜੇ ਉਹ ਸਾਧੂ ਦੇ ਚਰਨ ਫੜ ਕੇ ਉੱਚੀ ਉੱਚੀ ਦਹਾਈ ਪਾਰਿਆ ਸੀ ਰੋ ਰਿਆ ਸੀਗਾ ਤੇ ਸਾਧੂ ਕਹਿੰਦੇ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਕਹਿੰਦੇ ਤੂੰ ਫਿਕਰ ਨਾ ਕਰ ਕਹਿੰਦੇ ਉਸ ਤੋਂ ਬਾਅਦ ਐਸਾ ਘਟਨਾ ਕਰਮ ਹੋਇਆ ਕਿ ਉਹ ਜਿਹੜਾ ਅੰਦਰਲਾ ਜਮ ਜਮਾਂ ਦਾ ਰਸਤਾ ਸੀ ਹਨਾ ਉਹ ਰਸਤਾ ਜਿਹੜਾ ਸੀ ਉਹ ਜੱਕ ਦਾ ਮਲੂਬ ਹੋ ਗਿਆ ਤੇ ਮੈਨੂੰ ਉਹ ਸਾਧੂ ਇੱਕ ਹੋਰ ਐਸੇ ਜਗ੍ਹਾ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਲੈ ਗਿਆ ਕਿ ਜਿਹਨੂੰ ਮੈਂ ਦੇਖ ਕੇ ਹੈਰਾਨ ਹੋਇਆ ਕਹਿੰਦੇ ਉੱਥੇ ਬੜੀ ਸ਼ਾਂਤੀ ਸੀ ਬੜੀ ਠੰਡ ਸੀ ਬੜਾ ਕਹਿੰਦੇ ਖੇੜਾ ਸਗਾ ਐਸਾ ਕਹਿੰਦੇ ਅਕਹਿ ਰਸ ਸਗਾ ਉਸ ਜਗ੍ਹਾ ਤੇ ਬਹੁਤ ਸੁਖਾਵਣਾ ਕਹਿੰਦੇ ਸਥਾਨ ਸੀ ਭਾਬ ਕੀ ਉਹਦੇ ਵਾਸਤੇ ਕਹਿੰਦੇ ਅੱਖਰ ਨਹੀਂ ਹੈਗੇ ਕਿੰਦੇ ਮੈਂ ਜਦ ਉਹ ਆੜਤ ਵਾਲਾ ਜਗਾ ਦੇਖਿਆ ਤੇ ਕਿੰਦੇ ਮੈਂ ਹੈਰਾਨ ਹੋਇਆ ਮੈਂ ਪੁੱਛਿਆ ਜੀ ਅਸੀਂ ਕਿੱਥੇ ਆਏ ਆ ਤੇ ਕਿੰਦੇ ਸਾਧੂ ਕਹਿਣ ਲੱਗਾ ਕਿੰਦੇ ਵੀ ਅਸੀਂ ਨਾਨਕਪੁਰੀ ਆਏ ਜਦ ਇੰਨੀ ਗੱਲ ਹੋਈ ਕਿੰਦੇ ਮੈਂ ਹੈਰਾਨ ਹੋ ਕੇ ਨਾਨਕਪੁਰੀ ਕਹਿੰਦੇ ਹਾਂ ਜਿੱਥੇ ਧੰਗੁਰ ਨਾਨਕ ਸਾਹਿਬ ਮਹਾਰਾਜ ਦਾ ਵਾਸਾ ਹੈਗਾ ਖੈਰ ਕਿੰਦੇ ਉਹ ਜਿਹੜੇ ਸੱਜਣ ਸੀਗੇ ਇੱਕ ਬੜਾ ਸੁੰਦਰ ਮਹਿਲ ਸਗਾ ਉੱਥੇ ਤੇ ਕਹਿੰਦੇ ਬਸ ਉਹਦੇ ਵਿੱਚ ਕਿੰਦੇ ਮੈਨੂੰ ਲੱਗਿਆ ਜਦ ਦੇਖਿਆ ਤਾਂ ਉੱਥੇ ਧੰਗੁਰ ਨਾਨਕ ਸਾਹਿਬ ਮਹਾਰਾਜ ਬੈਠੇ ਆ ਕਿੰਦੇ ਬੈਠੇ ਆ ਉਹ ਕਹਿੰਦੇ ਜਿਹੜੇ ਸਾਧੂ ਸੀਗੇ ਜਦੋਂ ਮੈਨਾਂ ਅੰਦਰ ਲੈ ਕੇ ਗਏ ਉਹਨਾਂ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਵਰ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਨਾਲ ਹੀ ਬੇਨਤੀ ਕੀਤੀ ਕਹਿੰਦੇ ਵੀ ਕਿਰਪਾ ਕਰੋ ਆ ਜਿਹੜਾ ਫੌਜੀ ਜਵਾਨ ਹੈਗਾ ਇਹਨੂੰ ਮਿਹਰ ਕਰੋ ਇਹਨੂੰ ਬਖਸ਼ ਦਿਓ ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਕਮਾਰੇ ਨੇ ਕਹਿੰਨੇ ਮੇਰੇ ਹਾਲ ਦੇਖਿਆ ਤੇ ਕਹਿੰਦੇ ਉਹਨੂੰ ਕਹਿਣ ਲੱਗੇ ਵੀ ਇਹ ਤਾਂ ਬੰਦਾ ਉਹੋ ਹੀ ਆ ਜਿਹੜਾ ਤੇਰਾ ਨਿੱਕੇ ਹੁੰਦੇ ਸਮੇਂ ਤੇਰੇ ਵੱਟੇ ਮਾਰਦਾ ਹੁੰਦਾ ਏਠਾਂ ਪੱਥਰ ਕਰਕੇ ਤੈਨੂੰ ਜਿਹੜਾ ਸੀਗਾ ਉਹ ਪਿੰਡੋਂ ਬਾਹਰ ਕੱਢਦਾ ਸੀਗਾ ਤੇ ਜਦ ਕਹਿੰਦੇ ਨਹੀਂ ਗੱਲ ਹੈ ਤਾਂ ਸਾਧੂ ਕਹਿਣ ਲੱਗੇ ਕਹਿੰਦੇ ਕਿ ਮੈਂ ਇਹ ਨਹੀਂ ਜਾਣਦਾ ਮੈਂ ਤੈਨਾਂ ਨਹੀਂ ਜਾਣਦਾ ਕਿ ਤੁਸੀਂ ਇੱਥੇ ਕਿਰਪਾ ਕਰੋ ਇਹਨੂੰ ਬਖਸ਼ ਦੇ ਬੂ ਦੇਖੋ ਸਾਧਾਂ ਦੇ ਸਵਾ ਫਿਰ ਕਹਿੰਦੇ ਗੁਰਨਾਥ ਸਾਹਿਬ ਮੈਨੂੰ ਕਹਿੰਦੇ ਕਿ ਇੱਥੇ ਦੇਖ ਪਾ ਜਿੱਥੇ ਤੂੰ ਇਟਾਂ ਪੱਥਰ ਬੱਟੇ ਮਾਰਦਾ ਸੀ ਸਾਧੂ ਨੂੰ ਗਾਲਾਂ ਵੀ ਕੱਢਦਾ ਸੀਗਾ ਅੱਜ ਉਹ ਸਾਧੂ ਜਿਹੜਾ ਹੈਗਾ ਨਾ ਉਹ ਤੇਰੀ ਬਖਸ਼ਿਸ਼ ਦੀ ਅਪੀਲ ਜਿਹੜੀ ਦਰਖਾਸਤ ਵਾ ਕਹਿੰਦੇ ਮੇਰੇ ਨਾਲ ਕਰ ਰਿਹਾ ਹੈਗਾ ਜਦ ਕਹਿੰਦੇ ਇੰਨੀ ਗੱਲ ਹੋਈ ਤੇ ਫਿਰ ਕਹਿੰਦੇ ਮੈਂ ਤਾਂ ਚੁੱਪ ਕਰ ਗਿਆ ਵਾਰ ਕਿੰਦੇ ਫਸਾਧੂ ਕਹਿਣ ਲਗਾ ਕਿ ਤੁਸੀਂ ਕਿਰਪਾ ਕਰੋ ਇਸ ਬੱਚੇ ਨੂੰ ਤੁਸੀਂ ਹਨ ਬਖਸ਼ ਦਿਓ ਮਿਹਰ ਕਰ ਦਿਓ ਇਹਦਾ ਛਟਕਾਰਾ ਹੋ ਜਾ ਫਿਰ ਕਿੰਦੇ ਗੁਰੂ ਨਾਨਕ ਸਾਹਿਬ ਕਿੰਦੇ ਚਲੋ ਠੀਕ ਆ ਕਿੰਦੇ ਅਗਰ ਤੂੰ ਕਹਿੰਦਾ ਹੈਗਾ ਤਾਂ ਤੇਰੀ ਗੱਲ ਤਾਂ ਅਸੀਂ ਕਦੀ ਮੋੜ ਨਹੀਂ ਸਕਦੇ ਕਿਉਂਕਿ ਪਰਮੇਸ਼ਰ ਭਗਤਾਂ ਦੀ ਗੱਲ ਜਿਹੜੀ ਹੈ ਉਹ ਗਦੀ ਨਹੀਂ ਮੋੜਦਾ ਫਿਰ ਕਿੰਦੇ ਗੁਰੂ ਨਾਨਕ ਸਾਹਿਬ ਕਿੰਦੇ ਕਿ ਪਹਿਲਾਂ ਪਾਇ ਤਾਂ ਨਾ ਹਸਾਬ ਕਿਤਾਬ ਦੇਖਦੇ ਆ ਕਿ ਇਹਦਾ ਹਸਾਬ ਕਿਤਾਬ ਕੀ ਆ ਬਸ ਕਿੰਦੇ ਜਦੋਂ ਫਿਰ ਜਦ ਹਸਾਬ ਕਿਤਾਬ ਦੀ ਗੱਲ ਆਈ ਕਿੰਦੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮਰਾਜ ਨੂੰ ਯਾਦ ਕੀਤਾ ਜਦ ਧਰਮਰਾਜ ਨੂੰ ਯਾਦ ਕੀਤਾ ਜਦ ਕਦਮ ਕੰਡੇ ਧਰਮਰਾਜ ਜਿਹੜਾ ਸੀ ਉਹ ਪ੍ਰਗਟ ਹੋਇਆ ਤੇ ਗੁਰੂ ਨਾਨਕ ਸਾਹਿਬ ਮਾਰੇ ਧਰਮਰਾਜ ਨੂੰ ਕਹਿਣ ਲੱਗੇ ਕਿ ਆ ਜਿਹੜਾ ਫੌਜੀ ਅਫਸਰ ਆ ਹਨ ਇਹਦਾ ਬਹੀ ਖਾਤਾ ਦੇਖ ਵੀ ਇਹਨੇ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹੇ ਕੰਮ ਕੀਤੇ ਚੰਗੇ ਕੀਤੇ ਜਾਂ ਮਾੜੇ ਕੀਤੇ ਜਦ ਕੰਡੇ ਉਹ ਧਰਮਰਾਜ ਨੇ ਉਹਦਾ ਬਹੀ ਖਾਤਾ ਕੱਢਿਆ ਕੱਟ ਕੇ ਜਦ ਕੰਡੇ ਸਾਹਮਣੇ ਦੇਖਿਆ ਫੌਜੀ ਜਵਾਨ ਕਹਿੰਦਾ ਮੈਂ ਹੈਰਾਨ ਹੋ ਗਿਆ ਉਸ ਬਹੀ ਖਾਤੇ ਦੇ ਸਾਰੇ ਕਾਗਜ਼ ਹੀ ਕਾਲੇ ਸੀ ਕਿਤੇ ਕੁਝ ਨਹੀਂ ਸੀ ਲਿਖਿਆ ਜਦ ਕਿੰਦੇ ਸਾਰੇ ਕਾਗਜ਼ ਕਾਲੇ ਦੇਖੇ ਤੇ ਗੁਰਨਾਗ ਸਾਹਿਬ ਉਹਨੂੰ ਜੋ ਸਾਧੂ ਸੀ ਕਹਿੰਦੇ ਕਹਿਣ ਲੱਗੇ ਕਿੰਦੇ ਦੇਖੋ ਜਿਹੜੀ ਤੂੰ ਫਰਮਾਇਸ਼ ਕਰ ਰਿਆ ਹੈਗਾ ਕਿ ਇਹਨੂੰ ਛੱਡ ਦਿਓ ਇਹਨੇ ਜ਼ਿੰਦਗੀ 'ਚ ਕੋਈ ਚੰਗਾ ਕੰਮ ਕੀਤਾ ਨਹੀਂ ਜੇ ਚੰਗਾ ਕੰਮ ਕੀਤਾ ਹੁੰਦਾ ਤਾਂ ਇਹਨਾਂ ਕਾਗਜ਼ਾਂ ਤੇ ਵੇਹੀ ਖਾਤੇ ਦੇ ਉੱਤੇ ਸੁਨਹਿਰੀ ਅੱਖਰਾਂ ਤੇ ਲਿਖਿਆ ਹੁੰਦਾ ਪਰ ਦੇ ਦੇ ਇਹਦੇ ਤੱਕ ਕਾਗਜ਼ ਹੀ ਸਾਰੇ ਕਾਲੇ ਆ ਜਦ ਇਹਨੇ ਗੱਲ ਹੋਈ ਤਾਂ ਫਿਰ ਉਹ ਸਾਧੂ ਕਹਿਣ ਲੱਗੇ ਜੀ ਮੈਂ ਇਹ ਨਹੀਂ ਜਾਣਦਾ ਬਸ ਤੁਸੀਂ ਕਿਰਪਾ ਕਰੋ ਇਹਨੂੰ ਬਖਸ਼ ਦਿਓ ਜਦ ਇਹਨੇ ਗੱਲ ਹੋਈ ਤਾਂ ਦੇਖੋ ਫੇ ਗੁਰਨਾਨਕ ਸਾਹਿਬ ਕਹਿੰਦੇ ਉਸ ਫੌਜੀ ਜਵਾਨ ਨੂੰ ਕਹਿੰਦੇ ਦੇਖ ਕਹਿੰਦੇ ਕਿੰਦੇ ਦੇਖੋ ਇਹਨਾਂ ਦੇ ਪਰਪਕਾਰ ਦਾ ਟੰਗ ਭਾਵ ਕੀ ਆ ਵਾਹੀਂ ਜਿਨ੍ਹਾਂ ਦੀ ਪਕੜੀਏ ਸਰਦੀਜੇ ਵਾਹੀਂ ਨਾ ਛੋੜੀਏ ਸਾਧੂ ਦਾ ਸੁਹਾ ਜਿਹੜਾ ਪਰਪਕਾਰੀ ਹੈ ਕਿਉਂ ਸੰਤ ਨਾ ਛੋੜੇ ਸ਼ਾਂਤੀ ਚਾਹੇ ਕੋਟ ਕਮਲੇ ਅਸੰਤ ਮਿਲਿਆ ਗਰ ਭਚੰਗਮ ਭੇੜੀਏ ਤਾਂ ਸੀਤਲਤਾ ਨਾ ਤੇ ਜਨ ਸੋ ਕਹਿਣ ਤੋਂ ਪਾਵੇ ਹੈਗਾ ਕਿ ਸੰਤ ਜਿਹੜੇ ਹਨ ਆਪਣਾ ਪਰਪਕਾਰ ਦਾ ਸੁਹਾ ਨਹੀਂ ਛੱਡਦੇ ਫੇ ਕਹਿੰਦੇ ਗੁਰਨਾਨਕ ਸਾਹਿਬ ਮਰਿਆ ਨਿਕੀ ਕੀਤਾ ਕਿੰਦੂ ਜਿਹੜੀ ਕਾਲੀ ਬਹੀ ਸੀ ਨਾ ਜਿਹਦੇ ਸਾਰੇ ਕਾਗਜ਼ ਕਾਲੇ ਸੀ ਕਹਿੰਦੇ ਧਰਮ ਰਾਜ ਤੋਂ ਫੜ ਲੈ ਕੇ ਉਹ ਮੇਰੇ ਸਾਹਮਣੇ ਕਹਿੰਦੇ ਉਹਨੇ ਪਾੜ ਦਿੱਤੀ ਤੇ ਕਹਿਣ ਲੱਗੇ ਕਿ ਤੇਰੇ ਜੀਵਨ ਦੇ ਜਿੰਨੇ ਵੀ ਕਾਲੇ ਕਾਰਨਾਮੇ ਸੀ ਹਨਾ ਕਹਿੰਦੇ ਅਸੀਂ ਹੁਣ ਉਹ ਸਾਰੇ ਜਿਹੜੇ ਹੈ ਉਹ ਪਾੜ ਦਿੱਤੇ ਆ ਖਤਮ ਕਰ ਦਿੱਤੇ ਆ ਤੇ ਅਸੀਂ ਤੈਨੂੰ ਇੱਕ ਨਵਾਂ ਬੇਖਾਤਾ ਜਿਹੜਾ ਹੈਗਾ ਉਹ ਉਹ ਦਿੰਦੇ ਆ ਕਹਿੰਦੇ ਅੱਜ ਤੋਂ ਬਾਅਦ ਇਹ ਜਿਹੜਾ ਨਵਾਂ ਬੇਖਾਤਾ ਹਨਾ ਬੱਸ ਕਹਿੰਦੇ ਇਹ ਤੇ ਕਾਲਾ ਕਰਮ ਜਿਹੜਾ ਉਗੜਨਾ ਨਹੀਂ ਚਾਹੀਦਾ ਚੰਗੇ ਕੰਮ ਕਰ ਤਾਂ ਜੋ ਔਣ ਵਾਲਾ ਜਿਹੜਾ ਸਮਾਂ ਹੈ ਨਾ ਤੇਰਾ ਚੰਗਾ ਹੋਵੇ ਤੇ ਫਿਰ ਤੇ ਕਿੰਨੇ ਧੰ ਗੁਰਨਾਨਕ ਸਾਹਿਬ ਕਹਿਣ ਲੱਗੇ ਕਹਿੰਦੇ ਅਸੀਂ ਤੈਨੂੰ ਦੁਬਾਰਾ ਜ਼ਿੰਦਗੀ ਦਿੰਦੇ ਆ ਤੂੰ ਦੁਬਾਰਾ ਜਾ ਮਾਤ ਲੋਕ ਚ ਦੁਬਾਰਾ ਜਾ ਕੇ ਕਹਿੰਦੇ ਤੂੰ ਸੰਗਤ ਦੀ ਸੇਵਾ ਕਰ ਨਾਮ ਜਪ ਕਹਿੰਦੇ ਜਦ ਸੰਗਤ ਦੀ ਸੇਵਾ ਕਰੇਗਾ ਭਜਨ ਨਾਮ ਸਿਮਰਨ ਕਰੇਗਾ ਤਾਂ ਫਿਰ ਕਿੰਡਾ ਇਹ ਜਿਹੜਾ ਤੇਰਾ ਜਨਮ ਹੈਗਾ ਇਹ ਕਹਿੰਦੇ ਹੁਣ ਸੁਧਰ ਸਕਦਾ ਕਿਉਂਕਿ ਪਿਛਲਾ ਤੇਰਾ ਜਨਮ ਦਾ ਸਾਰਾ ਜਿਹੜਾ ਹੈ ਨਾ ਚਿੱਠਾ ਹੈਗਾ ਸੀ ਪਾੜ ਦਿੱਤਾ ਤੇਰੇ ਵਾਸਤੇ ਨਵਾਂ ਬਈ ਖਾਤਾ ਦੇ ਦਿੱਤਾ ਕਿੰਦੇ ਜਿਹੜੀ ਨਵੀਂ ਬਈ ਖਾਤੀ ਸੀ ਬਿਲਕੁਲ ਅਸੀਂ ਉਹ ਫੌਜੀ ਜਵਾਨ ਕਹਿੰਦੇ ਅਸੀਂ ਨਜ਼ਰ ਮਾਰੀ ਬਿਲਕੁਲ ਕੋਰੀ ਸੀ ਬਿਲਕੁਲ ਚਿੱਟੇ ਰੰਗ ਦੀ ਸੀ ਬਸ ਫੈਨਦੇ ਫਿਰ ਗਈ ਸੀ ਇਧਰੋਂ ਕਹਿੰਦੇ ਉਧਰ ਕਹਿਣ ਦੀ ਡੇਰ ਆ ਤੇ ਇਧਰੋਂ ਜਿਹੜੀ ਮੇਰੀ ਸੁਰਤ ਸੀਗੀ ਮੇਰੇ ਸਰੀਰ 'ਚ ਆ ਗਈ ਜਾਂ ਸਰੀਰ 'ਚ ਆਈ ਤੇ ਕਹਿੰਦੇ ਮੈਂ ਕੀ ਦੇਖਿਆ ਜਿੱਥੇ ਮੇਰੇ ਪੁੱਤਰ ਨੋਹਾਂ ਜਿਹੜੇ ਸੀਗੇ ਉਹ ਮੈਨੂੰ ਦੇਖ ਕੇ ਇਕੱਠੇ ਹੋ ਕੇ ਰੋ ਰਹੇ ਸੀ ਤੇ ਉੱਥੇ ਹੋਰ ਰਿਸ਼ਤੇਦਾਰ ਤੇ ਸੱਜਣ ਮਿੱਤਰ ਵੀ ਖੜੇ ਸੀ ਪਰ ਕਿੰਨੇ ਮੇਰੇ ਸਰੀਰ ਤੇ ਆਉਣ ਤੋਂ ਬਾਅਦ ਜਿਹੜੇ ਮਿੱਤਰੇ ਮੇਰੇ ਪੁੱਤਰਾਂ ਦਾ ਸੁਆਸ ਹੀ ਬਦਲ ਗਿਆ ਹਰੇਕ ਮੇਰਾ ਬੇਟਾ ਮੈਨੂੰ ਕਹਿੰਦਾ ਕਿ ਪਾਪਾ ਜੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੇਰੇ ਘਰ ਚੱਲੋ ਦੂਸਰਾ ਕਹਿੰਦਾ ਮੇਰੇ ਘਰ ਚੱਲੋ ਤੀਸਰਾ ਕਹਿੰਦਾ ਮੇਰੇ ਘਰ ਚੱਲੋ ਕਹਿੰਦੇ ਫਿਰ ਮੈਂ ਮਨ ਜੀ ਸਮਝਿਆ ਵੀ ਇਹ ਪੁੱਤਰਾਂ ਦਾ ਜਿਹੜਾ ਵਰਤਾਰਾ ਹੈਗਾ ਇਹ ਜੱਕਦਮ ਬਦਲ ਗਿਆ ਹੈਗਾ ਇਹ ਇਹੋ ਹੀ ਕਾਰਨ ਆ ਕਿ ਇਹ ਸਾਰੀ ਗੁਰਨਾਨਕ ਸਾਹਿਬ ਵਰਦੀ ਕਿਰਪਾ ਹੈਗੀ ਆ ਫਿਰ ਕਹਿੰਦੇ ਮੈਂ ਆਪਣੇ ਬੇਟਿਆਂ ਨੂੰ ਕਹਿ ਦਿੱਤਾ ਕਿ ਨਾ ਤਾਂ ਮੈਂ ਵੱਡੇ ਦੇ ਨਾਲ ਘਰ ਜਾਣਾ ਨਾ ਕਬਲੇ ਨਾ ਨਾ ਸਭ ਤੋਂ ਛੋਟੇ ਨਾ ਹੁਣ ਮੈਂ ਆਪਣੀ ਜ਼ਿੰਦਗੀ ਆਪ ਕਹਿੰਦੇ ਜੀਣੀ ਆ ਤੇ ਦੂਸਰੀ ਗੱਲ ਇਹ ਆ ਕਿ ਜਿੰਨੀ ਵੀ ਮੈਨੂੰ ਪੈਨਸ਼ਨ ਮਿਲਦੀ ਹੈ ਨਾ ਅੱਗੇ ਤਾਂ ਮੈਂ ਤੁਹਾਡੇ ਤੰਨਾਂ 'ਚ ਵੰਡ ਦਿੰਦਾ ਹੁੰਦਾ ਸੀ ਪਰ ਹੁਣ ਇਹ ਪੈਨਸ਼ਨ ਦਾ ਇੱਕ ਵੀ ਪੈਸਾ ਮੈਂ ਤੁਹਾਨੂੰ ਨਹੀਂ ਦੇਣਾ ਹੈਗਾ ਮੈਂ ਜਿਸ ਜਗ੍ਹਾ ਵੀ ਰਹਿਣਾ ਹੈਗਾ ਬਸ ਇਹ ਸਾਰਾ ਖਰਚਾ ਕਿੰਨੇ ਮੈਂ ਉੱਥੇ ਕਰਨਾ ਖੀਰ ਉਸ ਜਣ ਕਹਿੰਦੇ ਸੀ ਕਹਿੰਦੇ ਮੈਂ ਇੱਕ ਗੁਰਦਾਰੇ ਸਭ ਚਲੇ ਗਿਆ ਉੱਥੇ ਜਾ ਕੇ ਫਿਰ ਜਾ ਕੇ ਕਹਿੰਦੇ ਮੈਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆਪਣੀ ਜਿੰਨੀ ਵੀ ਪੈਨਸ਼ਨ ਸੀ ਉਸ ਪੈਨਸ਼ਨ ਦੇ ਨਾਲ ਕਹਿੰਦੇ ਸਾਹਾ ਸੰਗ ਦੀ ਸੇਵਾ ਕਰਨੀ ਸ਼ੁਰੂ ਕੀਤੀ ਉਹੀ ਕਹਿੰਦੇ ਪੈਨਸ਼ਨ ਜਿਹੜੀ ਸੀ ਉਹਦੀਆਂ ਰਸਤਾ ਲੰਗਰ ਚਲਉਣੀਆਂ ਸ਼ੁਰੂ ਕਰ ਦਿੱਤੀਆਂ ਆਪ ਵੀ ਦਿਨ ਰਾਤ ਕਹਿੰਦੇ ਨਾਮ ਵੀ ਜਪਣਾ ਕੀਰਤਨ ਵੀ ਸੁਣਨਾ ਆਏਗੀ ਸੰਗਤ ਦੀ ਸੇਵਾ ਵੀ ਕਰਨੇ ਭਾਵਕੀ ਕਹਿੰਦੇ ਮੈਂ ਅਰਦਾਸ ਕਰ ਦਿੱਤੀ ਕਿ ਅੱਜ ਤੋਂ ਬਾਅਦ ਜਿੰਨੇ ਵੀ ਜਿਹੜੇ ਸੁਆਸਾ ਮੈਨੂੰ ਧੰਗੁਰ ਨਾਨਕ ਸਾਹਿਬ ਮਹਾਰਾਜ ਬਖਸ਼ੇ ਆ ਉਹ ਮੈਂ ਸਾਰੇ ਇਹਨਾਂ ਸੰਗਤ ਦੀ ਸੇਵਾ ਤੇ ਨਾਮ ਜਪ ਕੇ ਜੜੇ ਆ ਉਹ ਪੂਰੇ ਕਰਕੇ ਫਿਰ ਸੰਸਾਰ ਤੇ ਜਾਊਗਾ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਿਸੇ ਦਾ ਆਧਾਰ ਕਰ ਦੇਣਾ ਇਹ ਉਹੀ ਕਰ ਸਕਦਾ ਹੈ ਜਿਸ ਨੂੰ ਹੁਕਮ ਦੀ ਸਮਝ ਆਵੇ ਦੇਖੋ ਇੱਕ ਅਦਾ ਆਧਾਰ ਹੁੰਦਾ ਹੈਗਾ ਕਿਸੇ ਦਾ ਇਸ ਧਰਤੀ ਤੇ ਕਰਨਾ ਜੀਂਦੇ ਜੀ ਤੇ ਇੱਕ ਹੁੰਦਾ ਹੈਗਾ ਉਹ ਜਿਹੜਾ ਪਰਲੋਕ 'ਤੇ ਆਧਾਰ ਕਰਨਾ ਹੈਗਾ ਸੋ ਸਾਧੂ ਜਿਹੜੇ ਇਸ ਲੋਕ 'ਚ ਇਹ ਤਾਂ ਕਰਦੇ ਕਰਦੇ ਪਰਲੋਕ ਦੇ ਵਿੱਚ ਵੀ ਹਨ ਵਾਹ ਨਹੀਂ ਛੱਡਦੇ ਉਸ ਸੱਜਣ ਦੀ ਜਿਹੜੇ ਉਹਨਾਂ ਦੀ ਨਜ਼ਰ ਦੇ ਵਿੱਚ ਆ ਜਾਂਦੇ ਆ ਸੋ ਇਹ ਸਾਧੂਆਂ ਦਾ ਸੁਭਾਅ ਹੈਗਾ ਇਹ ਜਿਹੜਾ ਸੁਆਹ ਹੈਗਾ ਇਹ ਪਰਮੇਸ਼ਰ ਦਾ ਆਪਣਾ ਸੁਆਹ ਹੈਗਾ ਆਪਣਾ ਗੁਣਾ ਜੋ ਉਹਨਾਂ ਦੇ ਅੰਦਰ ਸਦਾ ਹੀ ਬਣਿਆ ਰਹਿੰਦਾ ਜਿਹਨੂੰ ਕਹਿੰਦੇ ਹਨ ਕਿ ਵਾਹਿਗੁਰੂ ਅਕਿਰਤ ਖਣਾਂ ਨੂੰ ਵੀ ਪਾਲਦਾ ਹੈਗਾ ਸੋ ਜਿਹੜੇ ਰੱਬ ਦੇ ਪਿਆਰੇ ਹੈਗੇ ਆ ਉਹ ਇਸ ਤਰ੍ਹਾਂ ਅਕਿਰਤ ਖਣਾਂ ਦੇ ਉੱਤੇ ਵੀ ਜਿਹੜੇ ਹਨ ਕਿਰਪਾ ਕਰਕੇ ਉਹਨਾਂ ਨੂੰ ਵੀ ਰੱਬ ਦੇ ਰੰਗ ਦੇ ਵਿੱਚ ਜੋੜ ਦਿੰਦੇ ਆ ਉਹਨਾਂ ਤੇ ਵੀ ਕਿਰਪਾ ਕਰ ਦਿੰਦੇ ਆ ਇਸੇ ਕਰਕੇ ਮਹਾਪੁਰਖ ਉਹ ਕੋਈ ਵੀ ਕੰਮ ਕਰਦੇ ਆ ਕਿਸੇ ਵੀ ਕੰਮ ਦਾ ਜਿਹੜਾ ਨਾ ਸ਼ੇਅਰ ਹੈਗਾ ਜਾਂ ਉਹ ਸ਼ਾਬਾਸ਼ ਹੈਗੀ ਕ੍ਰੈਡਿਟ ਹੈ ਉਹ ਆਪਣੇ ਤੇ ਕਦੀ ਵੀ ਨਹੀਂ ਲੈਂਦੇ ਬਸ ਉਹ ਇੰਨਾ ਹੀ ਕਹਿੰਦੇ ਹੈ ਜਿਵੇਂ ਕਬੀਰ ਜੀ ਮਰਦਾ ਸ਼ਲੋਕ ਹੈ ਬਾਣੀ ਦਾ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣਾ ਕਿਛ ਹਰ ਕੀਆ ਭੈਓ ਕਬੀਰ ਕਬੀਰ ਬਸ ਉਹ ਕਹਿੰਦੇ ਆ ਕਿ ਨਾ ਮੈਂ ਕਰ ਸਕਦਾ ਸੀ ਨਾ ਹੋਣ ਨਾ ਅੱਗੇ ਨਾ ਪਿੱਛੇ ਜੋ ਕੁਝ ਕਰਦੀ ਹੈ ਨਾ ਉਹ ਕਾਲ ਸ਼ਕਤੀ ਕਰਦੀ ਹੈ ਬਸ ਜੋ ਕਾਲ ਸ਼ਕਤੀ ਕਰਦੀ ਹੈ ਉਹ ਹੀ ਕਰ ਸਕਦੀ ਹੈ ਮੈਂ ਤਾਂ ਕੁਝ ਨਹੀਂ ਕਰ ਸਕਦਾ ਇਹ ਉਹਦੀ ਕਿਰਪਾ ਦੇ ਸਦਕੇ ਸਾਰੇ ਕਾਰਜ ਹੁੰਦੇ ਆ ਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਵਾਹਿਗੁਰੂ ਜਿਹੜਾ ਹੈ ਨਾ ਉਹ ਸਾਰੇ ਕਾਰਜ ਕਰਦਾ ਹੈਗਾ ਮਨੁੱਖ ਕੋਈ ਵੀ ਕਾਰਜ ਜਿਹੜਾ ਉਹ ਕੰਮ ਕਰ ਨਹੀਂ ਸਕਦਾ ਹੈ ਮਾਨ ਕੀ ਟੇਕ ਵਰਤੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ ਜਿਸਕੇ دیے ਰਹੇ ਅਕਾਇਬ ਬਹੋਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਇੱਕੋ ਆਪ ਮਾਨਖ ਕੇ ਕਿਛ ਨਾਹੀ ਹੱਥ ਕੇ ਬੰਦੇ ਦੇ ਹੱਥ ਕੁਛ ਨਹੀਂ ਜੋ ਵੀ ਹੱਥ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਵਾ ਸੋ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਜਿਹੜੇ ਮਹਾਪੁਰਖ ਹੁੰਦੇ ਆ ਉਹ ਰੱਬ ਦਾ ਰੂਪ ਹੁੰਦੇ ਆ ਉਹ ਜੋ ਵੀ ਕਾਰਜ ਕਰਦੇ ਆ ਵਾਹਿਗੁਰੂ ਦੇ ਹੁਕਮ ਤੇ ਖੁਸ਼ੀ-ਚ ਕਰਦੇ ਆ ਲੇਕਿਨ ਆਪ ਜਿਹੜਾ ਉਹ ਦੀ ਸ਼ਾਬਾਸ਼ ਜਾਂ ਉਹਦਾ ਕ੍ਰੈਡਿਟ ਆਪ ਨਹੀਂ ਲੈਂਦੇ ਉਹ ਇਹੀ ਕਹਿੰਦੇ ਆ ਕੇ ਸੱਚੇ ਪਾਸ਼ਾ ਜੋ ਵੀ ਕੁਛ ਤੂੰ ਕੀਤਾ ਹਨ ਉਹਦਾ ਕਰਤਾ ਧਰਤਾ ਤੂੰ ਹੀ ਆ ਮੈਂ ਕੁਛ ਨਹੀਂ ਕਿਉਂਕਿ ਉਹਨਾਂ ਦਾ ਸਵਸਥ ਤਰ੍ਹਾਂ ਹੁੰਦਾ ਹੈਗਾ ਕਿ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਸੋ ਇਹ ਹੈ ਵਾਹਿਗੁਰੂ ਦੇ ਹੁਕਮ ਨੂੰ ਜਿਹੜੇ ਵਜਦੇ ਆ ਤਾਂ ਹੋਮੇ ਕਹਿਣਾ ਕੋਏ ਉਹਨਾਂ ਦੇ ਅੰਦਰ ਹੋਮ ਮੈਂ ਜਾਂ ਸ਼ਾਬਾਸ਼ ਜਾਂ ਕਿਸੇ ਸਵਾਰਥ ਦਾ ਇੱਕ ਕਣ ਦਾ ਮਾਤਰ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਆਪਣਾ ਜੀਵਨ ਵਾਹਿਗੁਰੂ ਨੂੰ ਸਮਰਪਿਤ ਹੁੰਦਾ ਉਹਨਾਂ ਨੇ ਆਪਣਾ ਤਨ ਮਨ ਧਨ ਜਿਹੜਾ ਹਨ ਉਹ ਵਾਹਿਗੁਰੂ ਦੇ ਹਵਾਲੇ ਕਰਕੇ ਆਪ ਜਿਹੜਾ ਹਨ ਮੁਰਦਾ ਰੂਪ ਹੋ ਕੇ ਪਰਮੇਸ਼ਰ ਦੀ ਜਿਹੜੀ ਹੈ ਨਾ ਉਹ ਬੰਦਗੀ ਜਾਂ ਆਵਾਦਤ ਹੈਗੀ ਉਹਦੇ ਚਰਨਾ ਵਿੱਚ ਰਹਿ ਕੇ ਕਰਦੇ ਆ ਸੋ ਦੱਸ ਇੰਨੇ ਹੀ ਵਚਨ ਕਰਦਾ ਹੋਇਆ ਖੇਵਾਂ ਦਾ ਜਾਚਕਵਾਜੀ ਹੋਇਆ ਬੇਅੰਤ ਪੁਨਾ ਚੁੱਕਾਂ ਦੀ ਖੇਵਾਂ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ